ਇਹ ਨਾਮ ਕੀ ਤੁਹਾਡਾ ਮੇਰਾ ਨਾਮ ਮੋਹਨ لال ਮੇਰਾ ਪਿੰਡ ਜਲਾਸਪਾ ਜੀ ਹਾਂ ਜੀ ਹਾਂ ਜੀ ਤੁਸੀਂ ਮੈਂ ਦੇਖਿਆ ਵਾਰਿਸ ਪੰਜਾਬ ਜਥੇਬੰਦੀ ਦੇ ਨਾਲ ਨਾਲ ਵੀ ਹਾਂ ਜੀ ਹਾਂ ਜੀ ਹਾਂ ਜੀ ਆ ਰਹੇ ਹਾਂ ਜੀ ਇਹਦਾ ਸਵਾਲ ਇਹ ਵੀ ਹੈ ਕਿ ਹਿੰਦੂਆਂ ਨੂੰ ਖਤਰਾ ਹੈਗਾ ਹੈ ਇਹ ਕੋਈ ਖਤਰਾ ਨਹੀਂ ਹੈਗਾ ਜੀ ਕੋਈ ਖਤਰਾ ਨਹੀਂ ਕੋਈ ਗੱਲ ਨਹੀਂ ਉਹ ਭਾਈ ਅਮਰਪਾਲ ਜੀ ਬਹੁਤ ਵਧੀਆ ਆਦਮੀਆਂ ਬੜੀ ਵਧੀਆ ਗੱਲ ਕਰਦੇ ਆ ਉਹ ਕਹਿੰਦੇ ਵੀ ਜੇ ਕੋਈ ਹਿੰਦੂਆ ਹਿੰਦੂ ਰਵੇ ਗੁਰਸੇ ਕਾ ਗੁਰਸੇ ਕਰਵੇ ਪਰ ਲੇਕਿਨ ਆਪਣੇ ਵਿੱਚ ਰਵੇ ਕੋਈ ਇਹ ਗੱਲ ਨਹੀਂ ਉਹ ਕਹਿੰਦੇ ਨੇ ਕੋਈ ਇੱਕ ਗੱਦਾਵਾ ਉਹ ਜਿਹੜਾ ਵਾਲੇ ਜਾਂ ਕੁਝ ਕਹਿੰਦੇ ਨੇ ਨਾ ਇਹ ਉਹ ਉਹ ਕੁਝ ਬੰਦੇ ਭੜਕਾਉ ਬੰਦੇ ਹੁੰਦੇ ਆ ਮੇਡੂ ਜੀ ਭੜਕਾਉ ਬੰਦੇ ਹੁੰਦੇ ਆ ਕੋਈ ਗੱਲ ਨਹੀਂ ਕੋਈ ਹਿੰਦੂ ਨਹੀਂ ਇਹ ਸਭ ਨੂੰ ਪਰਮਾਤਮਾ ਨੇ ਇੱਕੋ ਹੀ ਜਨਮ ਬਖਸ਼ਿਆ ਹਾਂਜੀ ਹਾਂਜੀ ਕੋਈ ਇਹੋ ਜਿਹੀ ਗੱਲ ਕੋਈ ਨਹੀਂ ਹੈਗੀ ਤੁਹਾਨੂੰ ਡਰ ਨਹੀਂ ਲੱਗਦਾ ਨਹੀਂ ਕੋਈ ਡਰ ਕਹਦਾ ਜੀ ਤੁਸੀਂ ਨਾਲ-ਨਾਲ ਤੁਸੀਂ ਨਹੀਂ ਤੁਸੀਂ ਨਾਲ-ਨਾਲ ਜਾ ਰਹੇ ਹੋ ਨਾਲ ਜਾ ਰਹੇ ਕੋਈ ਗੱਲ ਨਹੀਂ ਸਾਡੇ ਸਾਡੇ ਵੱਡੇ ਵੀਰ ਸਾਡੀ ਡਿਊਟੀ ਆਨਲਾਈਨ ਡਿਊਟੀ ਹੈ ਨਾਲ ਜੀ ਅਸੀਂ ਸੇਰ ਦੇ ਨਾਲ ਆ ਜੀ ਅਸੀਂ ਸੂਰਪੋ ਤੋਂ ਡੱਡੂਆਂ ਦੇ ਨਾਲ ਜਾ ਰਹੇ ਆ ਸਾਨੂੰ ਬਹੁਤ ਹੀ ਵਧੀਆ ਦੇਖੋ ਇਸ ਵੀਡੀਓ ਵਿੱਚ ਅਸੀਂ ਇੱਕ ਹਿੰਦੂ ਮਨਮੋਹਨ ਲਾਲ ਜਿਹੜੇ ਕਿ ਪਹਿਲੇ ਦਿਨ ਤੋਂ ਖਾਲਸਾ ਵਹੀਰ ਦਾ ਹਿੱਸਾ ਵੈ ਤੇ ਖਾਲਸਾ ਵਹੀਰ ਦੇ ਨਾਲ-ਨਾਲ ਚੱਲਦੇ ਆਉਂਦੇ ਆ ਉਹਨਾਂ ਦੇ ਵਿਚਾਰ ਦੇਖਾਂਗੇ ਭਾਈ ਅਮਰਤਪਾਲ ਸਿੰਘ ਤੇ ਖਾਲਸਾ ਵਹੀਰ ਦੇ ਬਾਰੇ ਕੀ ਹੈ ਸੋ ਚੱਲ ਕੇ ਵੀਡੀਓ ਦੇਖਣੇ ਇਸ ਤੋਂ ਪਹਿਲੇ ਜਿਨ੍ਹਾਂ ਦੋਸਤਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣੋ ਇਥੋਂ ਦੇ ਇਸ ਇਲਾਕੇ ਦੇ ਹਾਂਜੀ ਮੈਂ ਮੈਂ ਬੋਪਰਾ ਦੇ ਕੋਲ ਮੇਰਾ ਪਿੰਡ ਕਲੇਰ ਬੱਲਪਾ ਜੀ ਦੇਖਿਆ ਸੀ ਪਹਿਲਾਂ ਵੀ ਇਸ ਬੋਰਡ ਦੇ ਨੇੜੇ ਰੁਕਦੇ 23 ਸਾਲ ਉਮਰ ਮੈਮ ਹੋ ਗਈ ਆ ਇਥੋਂ ਦੇ ਉਹ ਅਸੀਂ ਤੋਂ ਦੇਖਦੇ ਆ ਰਹੇ ਆ ਅੱਜ ਪਰਸੋਂ ਨਰਦੇ ਬੁਣੀ ਵੀਡੀਓ ਪਈਗੀ ਇਹ ਜੇ ਬੋਰਡ ਬਜਾਇਆ ਜਾਵੇ ਇੱਥੇ ਬਹੁਤ ਲੋਕ ਜੇ ਆ ਅਸੀਂ ਆਨਲਾਈਨ ਡਿਊਟੀ ਕਰਦੇ ਆ ਅਸੀਂ ਇੱਥੇ ਆ ਕੇ ਰੋਟੀ ਖਾਂਦੇ ਆ ਬੈਠੇ ਆ ਸਾਂ ਮਾਰਦੇ ਆ ਇਨਮਾਮ ਕੀ ਤੁਹਾਡਾ ਮੇਰਾ ਨਾਮ ਮੋਹਨ لال ਮੇਰਾ ਪਿੰਡ ਜਲਾਸਪੁਰ ਜੀ ਹਾਂਜੀ ਹਾਂਜੀ ਤੁਸੀਂ ਮੈਂ ਦੇਖਿਆ ਵਾਰਿਸ ਪੰਜਾਬ ਜਥੇਬੰਦੀ ਦੇ ਨਾਲ ਨਾਲ ਵੀ ਹਾਂਜੀ 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 ਆ ਰਹੇ ਹਾਂਜੀ ਇਹਨਾਂ ਸਵਾਲ ਇਹ ਵੀ ਹੈ ਕਿ ਹਿੰਦੂਆਂ ਨੂੰ ਖਤਰਾ ਹੈਗਾ ਹੈ ਇਹ ਕੋਈ ਖਤਰਾ ਨਹੀਂ ਹੈਗਾ ਜੀ ਕੋਈ ਖਤਰਾ ਨਹੀਂ ਕੋਈ ਗੱਲ ਨਹੀਂ ਕਿ ਉਹ ਭਾਈ ਅਮਰਪਾਲ ਜੀ ਬਹੁਤ ਵਧੀਆ ਆਲਮੀਆਂ ਬੜੀ ਵਧੀਆ ਗੱਲ ਕਰਦੇ ਆ ਉਹ ਕਹਿੰਦੇ ਵੀ ਜੇ ਕੋਈ ਹਿੰਦੂਆ ਹਿੰਦੂ ਰਵੇ ਗੁਰਸੇ ਕਾ ਗੁਰਸੇ ਕਰਵੇ ਪਰ ਲੇਕਨ ਆਪਣੇ ਵਿੱਚ ਰਵੇ ਕੋਈ ਇਹ ਗੱਲ ਨਹੀਂ ਉਹ ਕਹਿੰਦੇ ਵੀ ਕੋਈ ਇੱਕ ਅਦਾਵਾ ਉਹ ਜਿਹੜਾ ਵਾਲੇ ਜਾਂ ਕੁਝ ਕਹਿੰਦੇ ਨੇ ਨਾ ਇਹ ਉਹ ਉਹ ਕੁਝ ਬੰਦੇ ਭੜਕਾਉ ਬੰਦੇ ਹੁੰਦੇ ਆ ਮੇਡੂ ਜੀ ਉੜਕਾ ਉਹ ਬੰਦੇ ਹੁੰਦੇ ਆ ਕੋਈ ਗੱਲ ਨਹੀਂ ਕੋਈ ਹਿੰਦੂ ਨਹੀਂ ਗੇ ਸਭ ਨੂੰ ਪਰਮਾਤਮਾ ਨੇ ਇੱਕੋ ਹੀ ਜਨਮ ਦਿੱਤੀ ਆ ਹਾਂਜੀ ਹਾਂਜੀ ਕੋਈ ਇਹੋ ਜੀ ਗੱਲ ਕੋਈ ਨਹੀਂ ਹੈਗੀ ਤੁਹਾਨੂੰ ਡਰ ਨਹੀਂ ਲੱਗਦਾ ਨਹੀਂ ਕੋਈ ਡਰ ਨਹੀਂ ਲੱਗਦਾ ਜੀ ਤੁਸੀਂ ਨਾਲ-ਨਾਲ ਤੁਸੀਂ ਨਹੀਂ ਤੁਸੀਂ ਨਾਲ-ਨਾਲ ਜਾ ਰਹੇ ਹੋ ਨਾਲ ਜਾ ਰਹੇ ਕੋਈ ਗੱਲ ਨਹੀਂ ਸਾਡੇ ਸਾਡੇ ਵੱਡੇ ਵੀਰ ਸਾਡੀ ਡਿਊਟੀ ਆਨਲਾਈਨ ਡਿਊਟੀ ਹੈ ਨਾਲ ਜੀ ਅਸੀਂ ਫੇਰ ਦੇ ਨਾਲ ਆ ਜੀ ਇਹ ਸੂਰਪੋਤ ਦੇ ਡੱਡੂਆਂ ਦੇ ਨਾਲ ਜਾ ਰਹੇ ਆ ਤੁਹਾਨੂੰ ਬਹੁਤ ਹੀ ਵਧੀਆ ਦੇਖੋ ਉਹ ਕਹਿੰਦੇ ਜੀ 35000 ਹਿੰਦੂ ਮਾਰਿਆ ਗਿਆ ਸੀਗਾ ਠੀਕ ਆ ਤੇ ਹੁਣ ਫੇਰ ਅੱਗੇ ਸਿੰਧੂ ਮਾਰਨੇ ਜਿਹੜੇ ਉਹ ਸ਼ੁਰੂ ਕਰਦੇ ਆ ਮੈਡਮ ਜੀ ਇਹ ਸਭ ਗੱਲਾਂ ਕਹਿੰਦੇ ਆ ਕੋਈ ਹਿੰਦੂ ਮਾਲਮ ਬਾਰੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਇਹ ਜਿਹੜੇ ਢ ਘਾਉ ਲੋਗ ਆ ਉਹ ਗੱਲਾਂ ਕਰਦੇ ਆ ਇਹਦੇ ਵਿੱਚ ਕੋਈ ਐਹੋ ਜੀ ਗੱਲ ਨਹੀਂ ਹੈਗੀ ਵੀ ਹਿੰਦੂ ਕੋਈ ਕਿਸੇ ਨੂੰ ਕੋਈ ਨਹੀਂ ਕਹਿੰਦਾ ਕੋਈ ਸੈਕੂਲਰ ਨਹੀਂ ਹੈ ਜਿਹੜਾ ਹਟਾ ਦੇ ਭਾਈ ਜੜਾ ਇਹ ਇਕੱਠਾ ਆ ਪਿੰਡਾਂ ਦੇ ਦਿਨੇ ਆ ਸਾਡੇ ਦੇ ਜੋ ਵੀ ਸਿੱਖ ਬੰਦੇ ਜੋ ਸਾਡੇ ਜੱਫੇ ਬੰਧੀਆਂ ਸਾਡੇ ਨਾਲ ਸਾਡੀ ਬੜਾ ਇਸ਼ਤਮਾਲ ਕਰਦੇ ਆ ਇਹ ਪਿੰਡ ਦੇ ਵਿੱਚ ਰਹਿੰਦੇ ਆ ਸਾਡਾ ਵਿਆਹ ਸਾਡੀ ਰਹਿਣ ਦੇਣ ਜੋ ਵੀ ਆ ਸਾਡਾ ਗੁਰਸਿੱਖ ਭੈਣ ਭਰਾਵਾਂ ਦੇ ਨਾਲ ਹੀ ਆ ਕੋਈ ਐਹੋ ਜੀ ਗੱਲ ਨਹੀਂ ਹੈਗੀ ਵੀ ਹਾਂਜੀ ਹਾਂਜੀ ਤੁਹਾਨੂੰ ਡਰ ਨਹੀਂ ਲੱਗਦਾ ਨਹੀਂ ਕੋਈ ਡਰ ਨਹੀਂ ਸਾਡੇ ਭਰਾ ਹੀ ਆ ਸਾਰੇ ਜੀ ਛੱਡ ਕੇ ਫਿਰ ਬਾਕੀ ਜਿਹੜੇ ਕਿਉਂਕਿ ਜਿਹੜੇ ਆਮ Hindu ਨੇ ਉਹਨਾਂ ਅੰਦਰ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤੁਹਾਨੂੰ ਲੱਗਦਾ ਮੈਡਮ ਜੀ ਇਹ ਪੜਕਾਉ ਆਦਮੀ ਤੁਹਾਨੂੰ ਪਹਿਲਾਂ ਪੜਕਾਉ ਆਦਮੀ ਇਹ ਜੋ ਕਰ ਰਿਹਾ ਉਹ ਜੋ ਇਹ ਕਰ ਰਿਹਾ ਨਾ ਕੋਈ ਬੰਦਾ ਪੜਕਾਉ ਕਰ ਰਿਹਾ ਕੋਈ ਇਹੋ ਜਿਹੀ ਗੱਲ ਨਹੀਂ ਕਿ ਅਮਰਪਾਲ ਜੀ ਭਾਈ ਜੇ ਮੈਂ ਵੀਡੀਓ ਵੇਖੀ ਆ ਮੈਂ ਬਹੁਤ ਹੀ ਵਧੀਆ ਆਦਮੀ ਆ ਬਹੁਤ ਅੱਛਾ ਲੱਗੇ ਮੈਨੂੰ ਮੇਰੇ ਮੇਰੇ ਦਿਨ ਨੂੰ ਬਹੁਤ ਲੱਗੇ ਹਾਂਜੀ ਮੈਂ ਉਹਨਾਂ ਦਾ ਸਤਿਕਾਰ ਕਰਦਾ ਮੈਂ ਮਾਣ ਕਰਦਾ ਹਾਂਜੀ ਧੰਨਵਾਦ ਖਾਲਸਾ ਜੀ ਦੋਸਤੋ ਇੱਕ ਛੋਟੀ ਜੀ ਵੀਡੀਓ ਦੇ ਵਿੱਚ ਤੁਹਾਨੂੰ ਖੁਦ ਹੀ ਇਸ ਚੀਜ਼ ਦਾ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਜਿਹੜਾ ਸਿੱਖ ਤੇ ਹਿੰਦੂ ਭਾਈਚਾਰਾ ਵੈ ਉਹ ਬੜਾ ਵਧੀਆ ਤੇ ਚੰਗੇ ਤਰੀਕੇ ਨਾਲ ਚੱਲ ਰਿਹਾ ਵੈ ਲੇਕਿਨ ਕੁਝ ਭੜਕਾਊ ਲੋਗ ਜਿਹੜੇ ਸ਼ਿਵਸੀਨਾ ਵਾਲੇ ਤੇ ਬ੍ਰਾਹਮਣ ਹਿੰਦੂ ਹੈ ਉਹ ਚੰਦ ਲੋਗ ਬਿਆਨਬਾਜ਼ੀ ਕਰਕੇ ਇਹ ਸਾਬਤ ਕਰਨ ਦੇ ਆ ਕਿ ਪਤਾ ਨਹੀਂ ਕਿੰਨੀ ਫੜ ਲੋ ਫੜ ਲੋ ਪਈ ਹੈ ਕਿ ਸਿੱਖਾਂ ਤੇ ਹਿੰਦੂਆਂ ਵਿੱਚ ਕਿੰਨੇ ਆਫਸ ਵਿੱਚ ਇਖਤਲਾਫਾਤ ਹੈ ਕਿੰਨੇ ਇੱਕ ਦੂਸਰੇ ਦੇ ਖਿਲਾਫ ਹੈ ਕਿ ਭਾਈ ਅੰਮ੍ਰਿਤਸਰ ਪਾਲ ਸਿੰਘ ਜਿਹੜੇ ਉਹ ਬੜਾ ਗਲਤ ਕੰਮ ਕਰਨ ਰਿਹਾ ਹੈ ਹਾਲਾਂਕਿ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਦੇਖੋ ਤੁਸੀਂ ਮਨਮੋਹਨ ਲਾਲ ਉਹਦਾ ਬਿਆਨ ਸੁਣਿਆ ਇੱਕ ਹਿੰਦੂ ਹੈ ਜਿਹੜੇ ਕਿ ਖਾਲਸਾ ਵਹੀਰ ਜਦੋਂ ਤੋਂ ਸ਼ੁਰੂ ਹੋਈ ਹੈ ਉਦੋਂ ਤੋਂ ਨਾਲ ਚੱਲ ਰਹੇ ਆਣ ਡੇ ਹੈ ਹੋਰ ਵੀ ਬੜੇ ਹਿੰਦੂ ਹੈ ਜਿਹੜੇ ਖਾਲਸਾ ਵਹੀਰ ਦੇ ਨਾਲ ਚੱਲਣ ਡੇ ਹੈ ਖਾਲਸਾ ਵਹੀਰ ਦਾ ਹਿੱਸਾ ਹੈ ਤੇ ਨਾਲ ਹਿੱਸਾ ਬਣ ਕੇ ਉਸ ਵਹੀਰ ਨੂੰ ਕਾਮਯਾਬ ਕਰਨ ਡੇ ਹੈ ਦੱਸੋ ਅਗਰ ਕੋਈ ਹਿੰਦੂਆਂ ਨੂੰ ਡਰ ਪਰੇਸ਼ਾਨੀ ਕੋ ਖੌਫ ਹੁੰਦਾ ਤੇ ਹਿੰਦੂ ਫਰ ਕਿਉਂ ਹਿਸਾਬ ਬੰਦੇ ਤੁਸੀਂ ਉਹਨਾਂ ਦੀ ਜ਼ੁਬਾਨੀ ਸੁਣ ਲਿਓ ਬੜੇ ਹੀ ਇੱਕ ਜਿਹੜਾ ਨਾ ਮਾਸੂਮ ਜੇ ਲੋਕ ਹੁੰਦੇ ਐ ਇੱਕ ਉਹਨਾਂ ਨਾਲ ਬੜੇ ਚਲਾਕ ਲੋਕ ਝੂਠੀ ਬਿਆਨਬਾਜ਼ੀ ਕਰਦੇ ਇੱਕ ਸਿੱਧ ਜੇ ਲੋਕ ਐ ਤੇ ਉਹਨਾਂ ਦਾ ਦਿਲ ਸਾਫ਼ ਹੈ ਉਹਨਾਂ ਨੇ ਕਿਹਾ ਵੇ ਕਿ ਸਾਨੂੰ ਹਿੰਦੂਆਂ ਨੂੰ ਕੋਈ ਖਤਰਾ ਨਹੀਂ ਭਾਈ ਅਮਰਤਪਾਲ ਸਿੰਘ ਬੜੇ ਚੰਗੇ ਵਿਚਾਰ ਐ ਜਿਹੜਾ ਬੰਦਾ ਪਿਆਰ ਵੰਦਦਾ ਵੇ ਜਿਹੜਾ ਨਸ਼ੇ ਪੱਤੇ ਲੋਗਾਂ ਦੇ ਦੇਖੋ ਜਿਹੜਾ ਨਸ਼ਾ ਵੇ ਉਹ ਖਾਲੀ ਹਿੰਦੂ ਥੋੜੀ ਕਰਨਦੇ ਐ ਜਿਹੜਾ ਨਸ਼ਾ ਵੇ ਉਹ ਖਾਲੀ ਸਿੱਖ ਥੋੜੀ ਕਰਨਦੇ ਐ ਹਿੰਦੂਆਂ ਦੇ ਵਿੱਚ ਨੌਜਵਾਨ ਨਸ਼ਾ ਕਰਦੇ ਆ ਨਾ ਤੇ ਭਾਈ ਅਮਰਿਤਪਾਲ ਸਿੰਘ ਤੇ ਸਾਰਿਆਂ ਨੂੰ ਬਚਾ ਰਿਹਾ ਹੈ ਪੰਜਾਬ ਚੋਂ ਨਸ਼ੇ ਖਤਮ ਕਰਨ ਦੀ ਗੱਲ ਕਰਨ ਰਿਹਾ ਜਦੋਂ ਨਸ਼ਾ ਖਤਮ ਹੋ ਗਿਆ ਤੇ ਹਿੰਦੂਆਂ ਦੇ ਬੱਚੇ ਵੀ ਵੱਜ ਜਾਣਗੇ ਇਹਦੇ ਵਿੱਚ ਉਹ ਬੁਰਾ ਕੀ ਕਰਨ ਦਿਆ ਹੋਵੇ ਜਿਹੜੇ ਹਿੰਦੂ ਹੈ ਉਹਨਾਂ ਦਾ ਭਾਈ ਅਮਰਿਤਪਾਲ ਸਿੰਘ ਨਾਲ ਬੜਾ ਪਿਆਰ ਹੈ ਸਾਰੇ ਉਹਨਾਂ ਨੂੰ ਸਤਿਕਾਰ ਕਰਦੇ ਆ ਉਹਨਾਂ ਦੀ ਬੜੀ ਇੱਜ਼ਤ ਕਰਦੇ ਲੇਕਿਨ ਕੁਝ ਜਿਹੜੇ ਲੋਕ ਹੈ ਜਿਹੜੇ ਕਿ ਆਪਣੇ ਲੀਡਰਸ਼ਿਪ ਚਮਕਾਉਣ ਦੀ ਖਾਤਰ ਭੜਕਾਊ ਬਿਆਨ ਦਿੰਦੇ ਆ ਤੇ ਐਵੇਂ ਉਹਨਾਂ ਨੇ ਇੱਕ ਫਜ਼ਾਅ ਕਾਇਮ ਕੀਤੀ ਹੈ ਕਿ ਜਨਾਬ ਪਤਾ ਨਹੀਂ ਕਿੰਨਾ ਕਿਥੇ ਅਮਰਿਤਪਾਲ ਸਿੰਘ ਗਲਤ ਕੰਮ ਕਰਨ ਰਿਹਾ ਹੈ ਅਮਰਿਤਪਾਲ ਸਿੰਘ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਰਿਹਾ ਜਦਕਿ ਭਾਈ ਅਮਰਿਤਪਾਲ ਸਿੰਘ ਪੰਜਾਬ ਦੇ ਮਾਹੌਲ ਨੂੰ ਵਧੀਆ ਕਰਨ ਰਿਹਾ ਚੰਗਾ ਕਰਨ ਰਿਹਾ ਜਿਹੜੇ ਪੰਜਾਬ ਦੇ ਉੱਤੇ ਨਸ਼ੇ ਦੇ ਪੱਤਿਆਂ ਦੀ ਮੋਹਰ ਲੱਗੀ ਹੋਈ ਹੈ ਬਦਨਾਮ ਹੋਇਆ ਹੋਇਆ ਨਸ਼ੇੜੀ ਵਜੋਂ ਜਾਣਿਆ ਜਾਂਦਾ ਹੈ ਉਸ ਮੋਹਰ ਨੂੰ ਖਤਮ ਕਰਨ ਰਿਹਾ ਹੈ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਰਿਹਾ ਹੈ ਜ਼ਿੰਦਗੀਆਂ ਬਚਾਉਣ ਵਾਸਤੇ ਕੋਸ਼ਿਸ਼ ਕਰਨ ਰਿਹਾ ਹੈ ਤੇ ਜਿਹੜੇ ਚੰਗੇ ਵਧੀਆ ਹਿੰਦੂ ਹੈ ਉਹ ਇਹੋ ਜਿਹਾ ਢਕਾਉ ਜਿਹੜੇ ਲੋਕ ਚੰਦ ਪਰਸਨ ਸ਼ਿਵਸੀਨ ਵਾਲੇ ਦੂਸਰੇ ਆਗੂ ਲੀਡਰ ਹੈਗੇ ਆ ਉਹਨਾਂ ਨੂੰ ਤਾਂ ਚੰਗਾ ਸਮਝ ਨਹੀਂ ਆਇਆ ਤੁਸੀਂ ਖੁਦ ਵੀਡੀਓ ਦੇਖ ਲਈ ਹੈ ਖੁਦ ਇਸ ਚੀਜ਼ ਨੂੰ ਮਹਿਸੂਸ ਕਰ ਲਿਆ ਵੇ ਕਮੈਂਟ ਕਰਕੇ ਮੈਨੂੰ ਆਪਣੀ ਰਾਏ ਤੋਂ ਲਾਜ਼ਮੀ ਕਾ ਕਰਨਾ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ